ਜਿਸ ਇਸ ਵੇਲੇ ਪਹੁੰਚ ਚੁੱਕੇ ਹਾਂ ਸੈਕਿੰਡ ਫਲੋਰ ਦੇ ਉੱਤੇ। ਸੈਕਿੰਡ ਫਲੋਰ ਦੇ ਉੱਤੇ ਤੁਸੀਂ ਦੇਖੋ ਕਿ ਲਾਸਟ ਟਾਈਮ ਜਦੋਂ ਅਸੀਂ ਆਏ ਸੀ ਤਾਂ ਹਲੇ ਕੋਈ ਕੰਮ ਵੀ ਪਲਾਸਟਰ ਦਾ ਸ਼ੁਰੂ ਨਹੀਂ ਸੀ ਹੋਇਆ, ਕਿਉਂਕਿ ਇਹ ਵਾਲਾ ਫਲੋਰ ਵੀ ਤਕਰੀਬਨ ਸਮਝ ਲਓ ਕਿ ਆਲਮੋਸਟ ਪੂਰਾ ਹੀ ਪੂਰਾ ਦਾ ਪੂਰਾ ਪਲਸਤਰ ਜਿਹੜਾ ਉਹ ਹੋਣਾ। ਥੱਲੇ ਅਸੀਂ ਤੁਹਾਨੂੰ ਦੱਸਿਆ ਸੀ ਕਿ ਕੁਛ ਵਾਲ ਵਗੈਰਾ ਛੱਡੀ ਜਾਏਗੀ, ਜਿਸ ਤਰ੍ਹਾਂ ਕਿ ਇਹ ਜਗ੍ਹਾ ਇਹਨੂੰ ਛੱਡਿਆ ਜਾਏਗਾ, ਬਾਕੀ ਇਹ ਜਿਹੜੀਆਂ ਸਾਰੀਆਂ ਵਾਲਸ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹਨਾਂ ਦੇ ਉੱਤੇ ਆਲਰੇਡੀ ਪਲਸਤਰ ਜਿਹੜਾ ਚੜ੍ਹ ਚੁੱਕਿਆ। ਭਾਈ ਸਾਹਿਬ ਇਹ ਤੁਸੀਂ ਦੇਖੋ ਫਿਨਿਸ਼ਿੰਗ ਲਾ ਰਹੇ ਨੇ, ਠੀਕ ਹੈ ਜੀ। ਇਸੇ ਤਰ੍ਹਾਂ ਹੀ ਇਹ ਅੱਗੇ ਜਿਹੜਾ ਅਗਰ ਅਸੀਂ ਚੱਲਦੇ ਹਾਂ ਤਾਂ ਆਲਮੋਸਟ ਅੰਦਰ ਜਿਹੜਾ 90% ਵਰਕ ਜਿਹੜਾ ਸੈਕਿੰਡ ਫਲੋਰ ਦਾ ਵੀ ਮੁਕੰਮਲ ਹੋ ਚੁੱਕਿਆ। ਆਓ ਤਾਂ ਅਸੀਂ ਅੰਦਰ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਕਿ ਸੈਕਿੰਡ ਫਲੋਰ ਜਿਹੜਾ ਉਹ ਮੁਕੰਮਲ ਹੋ ਰਿਹਾ 90%। ਕਿਸ ਤਰ੍ਹਾਂ 90% ਮੁਕੰਮਲ ਹੋ ਗਿਆ ਕਿ ਇਹ ਫਾਈਨਲੀ ਛੱਤਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ, ਆਰਕਸ ਤੁਸੀਂ ਦੇਖੋਗੇ ਇਹ ਪੂਰੀਆਂ ਹੋ ਚੁੱਕੀਆਂ ਨੇ। ਇਹ ਆਰਕ ਦੇਖੋ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਪੂਰੀ ਕਰ ਦਿੱਤੀ ਗਈ ਹੈ। ਇਹ ਭਾਈ ਸਾਹਿਬ ਹੁਣ ਜਿਹੜੇ ਮੇਨ ਵੱਡੀ ਗ੍ਰੈਂਡ ਚਾ ਜਿਹੜੀ ਉਹਨੂੰ ਦੇਖ ਲਓ ਤੁਸੀਂ ਕਿ ਮੁਕੰਮਲ ਕਰ ਰਹੇ ਨੇ। ਥੱਲੇ ਬਾਰੀ ਵਾਲੀ ਸਾਈਡ ਜਿਹੜੀ ਹੈ ਉਹ ਮੁਕੰਮਲ ਹੋ ਚੁੱਕੀ ਹੈ। ਇਸੇ ਤਰ੍ਹਾਂ ਹੀ ਵੈਸਟ ਵਾਲੀਆਂ ਤੁਸੀਂ ਵਿੰਡੋਜ਼ ਨੂੰ ਅਗਰ ਦੇਖਦੇ ਹੋ, ਸਾਰੀਆਂ ਨੂੰ ਬਾਰੀਆਂ ਨੂੰ ਤੁਸੀਂ ਦੇਖਦੇ ਹੋ ਤਾਂ ਪੂਰੀਆਂ ਦੀਆਂ ਪੂਰੀਆਂ ਬਾਰੀਆਂ ਜਿਹੜੀਆਂ ਨੇ ਉਹ ਪ੍ਰਿਜ਼ਰਵ ਕਰ ਲਿੱਤੀਆਂ ਗਈਆਂ ਨੇ। ਇਸੇ ਤਰ੍ਹਾਂ ਅਗਰ ਤੁਸੀਂ ਦੇਖੋ ਤਾਂ ਚਾਰੋ ਪਾਸੇ ਜਿਹੜੇ ਤੁਹਾਨੂੰ ਠੀਏ ਲੱਗੇ ਹੋਏ ਦਿਖਾਏ ਸੀ ਕਿ ਠੀਏ ਲੱਗ ਚੁੱਕੇ ਨੇ, ਹੁਣ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਬਕਾਇਦਾ ਵਰਕ ਕੀਤਾ ਹੋਇਆ ਨਜ਼ਰ ਆ ਰਿਹਾ, ਔਰ ਉਹ ਆਰਕਸ ਜਿਹੜੀਆਂ ਨੇ ਪੂਰੀਆਂ ਦੀਆਂ ਪੂਰੀਆਂ ਜਿਹੜੀਆਂ ਨੇ ਉਹ ਬਣ ਚੁੱਕੀਆਂ ਨੇ। ਇਸ ਸਾਈਡ ਤੋਂ ਦੇਖੋ, ਉੱਤੋਂ ਦੇਖੋ, ਬਸ ਹੁਣ ਇਹ ਕਾਰਨਰ ਜਿਹੜੇ ਨੇ ਗੋਲੇ ਸਮਝ ਲਓ ਤੁਸੀਂ, ਇਹ ਗੋਲੇ ਜਿਹੜੇ ਨੇ ਹੁਣ ਉਹ ਗੋਲਾਈ ਦੇ ਵਿੱਚ ਲੱਗਣੇ ਨੇ। ਆਓ ਜੀ, ਸੇਮ, ਕਿਉਂਕਿ ਇਹਦਾ ਵਿਊ ਜਿਹੜਾ ਪੂਰੇ ਗੁਰੂ ਘਰ ਦਾ ਇਹ ਖੂਬਸੂਰਤੀ ਹੈ ਕਿ ਅਗਰ ਕੋਈ ਚੀਜ਼ ਲੈਫਟ ਹੈ ਤਾਂ ਰਾਈਟ ਵੀ ਹੈ, ਠੀਕ ਹੈ ਜੀ। ਫਰੰਟ 'ਤੇ ਵੀ ਉਹੀ ਹੈ, ਬੈਕ ਦੇ ਉੱਤੇ ਕਿਉਂਕਿ ਪਹਾੜੀ ਹੈ ਤਾਂ ਬੈਕ ਦੇ ਉੱਤੇ ਸੋ ਉਸ ਤਰ੍ਹਾਂ ਦਾ ਆਰਕੀਟੈਕਚਰ ਨਹੀਂ ਹੈ, ਔਰ ਉੱਥੋਂ ਸੀੜੀਆਂ ਐਂਟਰੈਂਸ ਵਾਸਤੇ ਵੀ ਆਉਂਦੀਆਂ ਨੇ। ਸੋ ਇਹ ਆਪਾਂ ਕਹਿ ਰਹੇ ਹਾਂ ਕਿ ਜਿਸ ਤਰ੍ਹਾਂ 90% ਜਿਹੜਾ ਕਿਹਾ ਤੁਹਾਨੂੰ, 90% ਜਿਹੜਾ ਉਹ ਪੂਰਾ ਹੋ ਚੁੱਕਿਆ। ਇਹ ਆਲਮੋਸਟ ਇੱਕ ਵਾਰੀ ਜਿਹੜੀ ਹੈ ਤੁਹਾਡੀ ਮਾਡਲ ਜਿਹੜਾ ਸਮਝ ਲਓ ਤੁਸੀਂ ਕਿ ਪੂਰਾ ਲੱਗ ਚੁੱਕਿਆ ਹੈ ਕਿੰਨੇ ਸੋਹਣੇ ਤਰੀਕੇ ਨਾਲ। ਹੁਣ ਬਸ ਇੱਥੇ ਇੱਕ ਵਾਰੀ ਹੀ ਲੱਗਣੀ ਬਾਕੀ ਹੈ, ਜੋ ਵੀ ਡਿਸਾਈਡ ਹੋਏਗਾ ਜਿਹੜੀ ਵੀ ਵੁੱਡ 'ਚ ਲੱਗਣੀ ਹੈ ਉਹ ਉਹਦਾ। ਇਸੇ ਤਰ੍ਹਾਂ ਇਹ ਦੂਸਰੀ ਵਾਰੀ ਵੀ ਜਿਹੜੀ ਹੈ ਉਹ 100% ਜਿਹੜੀ ਹੈ ਤਕਰੀਬਨ ਮੁਕੰਮਲ ਹੈ, ਔਰ ਉਹਦੇ ਵਿੱਚ ਸਿਰਫ ਲੱਕੜੀ ਦੀਆਂ ਚੁਗਾਠਾਂ ਲੱਗ ਕੇ ਹੀ ਬਾਕੀ ਦਾ ਜਿਹੜਾ ਕੰਮ ਹੈ ਉਹ ਬਾਕੀ ਰਹਿ ਗਿਆ। ਸੇਮ ਤੁਸੀਂ ਅਗਰ ਦੇਖੋ ਕਿ ਜਿੱਥੇ ਸੱਚਖੰਡ ਸਾਹਿਬ ਹੈ ਜਾਂ ਗੁਰੂ ਘਰ ਦਾ ਗੁਰੂ ਮਹਾਰਾਜ ਦੀ ਸਵਾਰੀ ਜਿਹੜੀ ਹੈ ਸੁਖ ਆਸਨ ਸਾਹਿਬ ਜਿਹੜਾ ਹੈ ਉਹ ਵੀ ਇਸ ਵੇਲੇ ਤਕਰੀਬਨ ਮੁਕੰਮਲ ਕਰ ਲਿੱਤਾ ਗਿਆ ਹੈ, ਔਰ ਬਹੁਤ ਹੀ ਪਿਆਰੀ ਦਿੱਖ ਆ ਰਹੀ ਹੈ। ਤੁਸੀਂ ਦੇਖੋ ਆਰਕ ਦੇ ਵਿੱਚੋਂ ਡਬਲ ਆਰਕ ਹੁੰਦੀ ਹੋਈ, ਫਿਰ ਸਿੰਗਲ ਆਰਕ ਹੁੰਦੀ ਹੋਈ, ਫਿਰ ਛੋਟੀ ਆਰਕ ਹੁੰਦੀ ਹੋਈ ਬੂਹੇ ਦੇ ਵਿੱਚੋਂ, ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਜੋ ਕਿ ਬਿਲਕੁਲ ਟੁੱਟੀ ਹੋਈ ਸੀ ਪਹਿਲਾਂ। ਇਹ ਜੀ ਪੁਰਾਣਾ ਸੁਖਾਸਨ ਸਾਹਿਬ ਹੈ ਜਿਹੜੇ ਕਿ 200 ਸਾਲ ਪਹਿਲੇ ਸੱਚਖੰਡ ਸਾਹਿਬ ਜਿਹੜੇ ਬਣਾਏ ਜਾਂਦੇ ਸਨ। ਇੱਧਰ ਦੀਆਂ ਬਾਕੀਆਂ ਆਲਮੋਸਟ ਜਿਹੜੀਆਂ ਨੇ ਉਹ ਮੁਕੰਮਲ ਹੋ ਚੁੱਕੀਆਂ ਨੇ। ਤੁਸੀਂ ਅੱਗੇ ਦੇਖੋ, ਇਹ ਤੁਸੀਂ ਦੇਖ ਸਕਦੇ ਹੋ ਜਦੋਂ ਅਸੀਂ ਇਸ ਜਗ੍ਹਾ 'ਤੇ ਆਏ ਸੀ ਤਾਂ ਬਹੁਤ ਹੀ ਜ਼ਿਆਦਾ ਟੁੱਟ ਸੀ, ਹੁਣ ਤਾਂ ਬਹੁਤ ਹੀ ਪਿਆਰਾ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ। ਨਾਲ ਦੀ ਨਾਲ ਹੀ ਕਹਿ ਲਓ ਤੁਸੀਂ ਕਿ ਜਿਹੜਾ ਗੁੰਬਦ ਦਾ ਥੱਲੇ ਵਾਲਾ ਹਿੱਸਾ ਹੈ ਜਾਂ ਗੁੰਬਦ ਜਿੱਥੇ ਤੁਹਾਡਾ ਹੁੰਦਾ ਸੀ, ਔਰ ਉਸ ਗੁੰਬਦ ਦੇ ਵਿੱਚ ਕੀ ਚੱਲ ਰਿਹਾ ਜ਼ਰਾ ਦਿਖਾਓ ਜੀ। ਗੁੰਬਦ ਦੇ ਵਿੱਚ ਫਾਈਨਲੀ ਕਹਿ ਲਓ ਤੁਸੀਂ ਕਿ ਜਿਹੜਾ ਉਹ ਟੱਚਿਸ ਲੱਗ ਰਹੇ ਨੇ, ਛੱਤ ਲੱਗ ਚੁੱਕੀ ਹੈ ਗੁੰਬਦ ਦੀ, ਪੂਰੀ ਗੁਲਾਈ ਜਿਹੜੀ ਹੈ ਉੱਤੋਂ ਪੂਰੀ ਹੋ ਚੁੱਕੀ ਹੈ, ਕਾਰਨਰਸ ਪੂਰੇ ਲੱਗ ਚੁੱਕੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਕਹਿ ਲਵੋ ਤੁਸੀਂ ਕਿ ਜਿਹੜੇ ਚਾਰ ਦਰ ਜਾਂ ਕਹਿ ਲਵੋ ਕਿ ਜਿਹੜੇ ਗੁਰੂ ਘਰ ਦੀ ਇੱਕ ਮਰਿਆਦਾ ਹੈ, ਚਾਰ ਰਸਤੇ ਚਾਰ ਪਾਸੇ, ਯਾਨੀ ਕਿ ਈਸਟ ਵੈਸਟ ਨੌਰਥ ਸਾਊਥ ਤੋਂ ਕੋਈ ਬੰਦਾ ਕਿਸੇ ਵੀ ਧਰਮ ਦਾ ਗੁਰੂ ਘਰ ਦੇ ਵਿੱਚ ਦਾਖਲ ਹੋ ਸਕਦਾ, ਕੋਈ ਮਨਾਹੀ ਨਹੀਂ ਹੈ, ਨਾ ਹੀ ਉਹਨੂੰ ਕੋਈ ਰੋਕ ਸਕਦਾ।
सो ये वो चार दर ने और जदों किते मौसम दे अनुसार या शाम नूं कह लो तुसी के खंड पाठ जदों हुंदे ने ते उस वेले तुसी मेरी आवाज़ नूं तुसी सुनो ते सराउंड करके आ रही है। गुंबद दा मकसद की हुंदा सी कि बहुत उच्ची उच्ची तुहानूं पढ़न दी लोड़ नहीं सी पैंदी, तुसी आस्था आवाज़ नाल भी बोलदे सी ते तुहाडी आवाज़ जिहड़ी है वह गुंबद दे विच वह गूंजदी है। तो किसे टाइम कदी गजारे भी वजदे होणगे और सिमरन भी इत्थे हुंदा होएगा वाहेगुरु वाहेगुरु दा, तो वह जिस वेले जदों तुसीं बोलदे हो तो एक उस एक साउंड पैदा हुंदा, जिहड़ा एक उस साउंड पैदा हुंदा वह गुंबद करके ही पैदा हुंदा। इत्थे इन्ना वड्डा गुंबद तो नहीं है बट फिर भी मतलब कि जिन्नी कि संगत इत्थे हुंदी होएगी उस हिसाब दे नाल लाउड स्पीकर नूं यूज़ करन दी लोड़ नहीं पैंदी होएगी क्योंकि इन्ना साउंड इत्थे बन बनता है। देखो जी भाई साहब इधर भी लगे हुए ने कसाई कर रहे हैं और राइट साइड ते लैफ्ट साइड दोवां साइडां दे उत्ते तुहानूं नज़र आ रहे हैं। जी चलते हाँ जी, असीं टॉप फ्लोर दे उत्ते तुहानूं दिखाने हैं कि फाइनली साडी गुमटियां दीआं बुनियादां जिहड़ियां ने कित्थे तक पहुँचियां ने और छत दे उत्ते की काम हो रहा है। ऑलमोस्ट तुसीं कह सकते हो कि गुरु घर दे विच जिहड़ा 90% दीवारां दे उत्ते बारियां दा आर्च दा काम जिहड़ा सी वह पूरा हो चुका है। दिन नेड़े आ रहे हैं कि जदों असी इस गुरु घर की तुहानूं पूरी फिनिशिंग जिहड़ी है वह तुहानूं दिखावांगे। चलते हाँ उत्ते, असी हुण इस वेले सैकेंड फ्लोर ते, हुण तुहानूं असी टॉप फ्लोर ते लैके चलते हैं। टॉप फ्लोर ते जिथे गुंबद गुमटी और पालकी साहब बननी है उस जगह ते चलते हैं।